ਤੁਹਾਨੂੰ ਇੱਕ ਦੋ ਕੁ ਚੀਜ਼ਾਂ ਇੱਥੇ ਦੀਆਂ ਖਾਸੀਅਤ ਦਿਖਾਉਣੀ ਆ। ਇੱਕ ਤਾਂ ਇੱਥੇ ਦੇ ਜਿਹੜੇ ਸਾਈਕਲ, ਸਾਰੀ ਦੁਨੀਆ ਮੈਨੂੰ ਲੱਗਦਾ ਇੱਥੇ ਸਾਈਕਲ ਯੂਜ਼ ਕਰਦੀ ਆ। ਜਿੱਥੇ ਬਾਹਰ ਤੋਂ ਜਿਹੜੇ ਬਾਹਰਲੇ ਟੂਰਿਸਟ ਵੀ ਆਉਂਦੇ ਆ, ਉਹ ਵੀ ਇੱਥੇ ਆ ਕੇ ਘੁੰਮਣ ਫਿਰਨ ਲਈ ਸਾਈਕਲ ਰੈਂਟ 'ਤੇ ਲੈ ਲੈਂਦੇ ਆ, ਹੈ ਨਾ। ਅਤੇ ਇੱਥੋਂ ਦੇ ਬਹੁਤ ਲੋਕ ਤੁਹਾਨੂੰ ਮਤਲਬ ਕੰਮਾਂ ਕਾਰਾਂ 'ਤੇ ਜਾਂਦੇ ਹੋਏ, ਜਿਹੜੇ ਸੂਟ ਬੂਟ ਪਾ ਕੇ ਜਿਹਨਾਂ ਨੇ ਟਾਈਆਂ ਲਾਈਆਂ, ਉਹ ਵੀ ਕੰਮਾਂ ਕਾਰਾਂ 'ਤੇ ਜਾਂਦੇ ਹੋਏ ਤੁਹਾਨੂੰ ਸਾਈਕਲ 'ਤੇ ਆਮ ਹੀ ਦਿਖ ਜਾਂਦੇ ਆ, ਹੈ ਨਾ। ਅਤੇ ਆਹ ਸਾਰਾ ਦੇਖ ਲਓ ਏਰੀਆ ਕਿੰਨਾ ਸੋਹਣਾ ਆ। ਇਹ ਮੈਂ ਥੋੜ੍ਹਾ ਜਿਹਾ ਪੜ੍ਹਿਆ ਸੀ ਇਹਦੇ ਬਾਰੇ, ਇਹ ਕਹਿੰਦੇ ਸਮੁੰਦਰ, ਇੱਕ ਤਰ੍ਹਾਂ ਦਾ ਸਮੁੰਦਰ ਨੂੰ ਪੂਰ ਪੂਰ ਕੇ ਹੀ ਇਹ ਸਾਰਾ ਹੋਲੈਂਡ ਵਸਾਇਆ ਹੋਇਆ ਆ। ਅਤੇ ਆਹ ਦੇਖੋ, ਆਹ ਸਿੱਧਾ ਹੀ ਇੱਥੋਂ ਸ਼ਿਪ ਜਾਂਦੇ ਆ, ਸ਼ਿਪ ਇੱਧਰੋਂ ਉੱਧਰ ਲੈ ਕੇ ਜਾਂਦੇ ਆ ਲੋਕਾਂ ਨੂੰ, ਅਤੇ ਉਹ ਵੀ ਬਿਲਕੁਲ ਫ੍ਰੀ ਸੈਂਟਰਲ ਸਟੇਸ਼ਨ ਨੂੰ ਜਾਣ ਲਈ। F2 ਜਿਹੜਾ ਸ਼ਿਪ ਆ ਉਹ ਇੱਥੇ ਆਊਗਾ, ਅਤੇ ਬਸ ਫ੍ਰੀ ਲੈ ਕੇ ਜਾਂਦਾ ਲੋਕਾਂ ਨੂੰ। ਅਤੇ ਇਹ ਸਾਰੀ ਚੀਜ਼ ਦੇਖ ਲਓ, ਬਟ ਆਪਾਂ ਕੋਲ ਟਾਈਮ ਘੱਟ ਹੋਣ ਕਰਕੇ ਤੁਹਾਨੂੰ ਪਰਲੀ ਸਾਈਡ ਦਾ ਨਜ਼ਾਰਾ ਨਹੀਂ ਦਿਖਾ ਸਕਦੇ। ਫਿਰ ਕਦੇ ਜ਼ਿੰਦਗੀ 'ਚ ਹੋਇਆ, ਫਿਰ ਕਦੇ ਇੱਥੇ ਆਉਣ ਦਾ ਸਵਾਬ ਮਿਲਿਆ, ਤਾਂ ਤੁਹਾਨੂੰ ਜ਼ਰੂਰ ਸਾਰਾ ਕੁਛ ਦਿਖਾਵਾਂਗੇ। ਅਤੇ ਇਹ ਦੇਖ ਲਓ ਸ਼ਿਪ, ਓ ਇੱਥੇ ਬਹੁਤ ਵੱਡਾ ਕਰੂਜ਼ ਲੱਗਾ ਹੋਇਆ ਸੀਗਾ ਲਾਸਟ ਨਾਈਟ, ਬਹੁਤ ਹੀ ਵੱਡਾ। ਮਤਲਬ ਆਹ ਜਿਹੜੀ ਉਹ ਸਾਹਮਣੇ ਵਾਲੀ ਬਿਲਡਿੰਗ ਆ, ਉਹਦੇ ਪਿੱਛੇ ਜਾਣੀ ਕਿ ਲੁਕਦੀ ਸੀ, ਐਡਾ ਵੱਡਾ ਇੱਥੇ ਲੱਗਾ ਹੋਇਆ ਸੀਗਾ ਸ਼ਿਪ। ਮੈਨੂੰ ਲੱਗਦਾ ਉਹ ਨਿਕਲ ਗਿਆ ਰਾਤੋਂ ਰਾਤ ਚਲੇ ਗਿਆ। ਅਤੇ ਉਹ ਸਾਹਮਣੇ ਦੇਖਿਓ ਜੀ ਸ਼ਿਪ ਆਉਂਦਾ, ਇਹ ਤੁਸੀਂ ਦੇਖ ਸਕਦੇ ਆ। ਸਰਕਾਰਾਂ ਆਪਣੇ ਲੋਕਾਂ ਨੂੰ ਸਹੂਲਤਾਂ ਦਿੰਦੀਆਂ, ਅਤੇ ਜਿਹੜੇ ਲੋਕ ਟੈਕਸ ਭਰਦੇ ਆ, ਕਿੱਦਾਂ ਸਰਕਾਰਾਂ ਵੀ ਸਹੂਲਤਾਂ ਦਿੰਦੀਆਂ। ਉਹ ਸਾਹਮਣੇ ਸ਼ਿਪ ਆਊਗਾ, ਉਹਦੀ ਕੋਈ ਇੱਥੇ ਆ ਕੇ ਲੱਗੂਗਾ, ਅਤੇ ਕੋਈ ਟਿਕਟ ਨਹੀਂ ਆ, ਕੋਈ ਕੁਛ ਨਹੀਂ ਆ। ਅਤੇ ਇਹਨਾਂ ਲੋਕਾਂ ਨੂੰ ਜਿੰਨੇ ਵੀ ਇੱਧਰ ਹੋਏ, ਇਹਨਾਂ ਨੂੰ ਬਿਠਾ ਕੇ ਪਾਲੀ ਸਾਈਡ ਛੱਡ ਦੂਗਾ। ਇਹਦੇ ਇਹ ਸਾਰਾ ਦਿਨ, ਇਹ 24 ਘੰਟੇ ਇਹ ਸ਼ਿਪ ਜਿਹੜੇ ਛੋਟੇ ਛੋਟੇ ਚੱਲਦੇ ਹੀ ਰਹਿੰਦੇ ਆ। ਜਿੱਦਾਂ ਅਸੀਂ ਕਹਿ ਸਕਦੇ ਹਾਂ ਕਿ ਜਿੱਦਾਂ ਦਿੱਲੀ ਸਰਕਾਰ ਦੇ ਵਿੱਚ ਲੇਡੀਜ਼ ਲਈ ਬੱਸਾਂ ਫ੍ਰੀ ਆ, ਜਾਂ ਪੰਜਾਬ ਸਰਕਾਰ ਨੇ ਪਿੱਛੇ ਜਿਹੇ ਬੱਸਾਂ ਫ੍ਰੀ ਕੀਤੀਆਂ ਸੀ, ਇਹ ਹੋਲੈਂਡ ਦੀ ਸਰਕਾਰ ਵੱਲੋਂ ਜੀ ਸਾਰਿਆਂ ਲਈ ਸ਼ਿਪ ਸਾਰਿਆਂ ਲਈ ਹੀ ਫ੍ਰੀ ਆ। ਕੋਈ ਬੰਦਾ ਹੋਵੇ, ਲੇਡੀਜ਼ ਹੋਵੇ, ਕੋਈ ਬੱਚਾ ਹੋਵੇ, ਕੋਈ ਟੂਰਿਸਟ ਹੋਵੇ, ਕੋਈ ਵੀ ਹੋਵੇ, ਸਾਰਿਆਂ ਲਈ ਫ੍ਰੀ ਆ। ਦੇਖੋ ਸਕੂਟਰੀ ਦਾ ਹੀ ਬਣਾਈ ਫਿਰਦਾ ਹਾਰਲੇ ਡੇਵਿਡਸਨ। ਆਹ ਸ਼ਿਪ ਆ ਗਿਆ ਜੀ, ਲੱਗਿਆ ਜਿੱਦਾਂ 53 ਨੰਬਰ ਇੱਥੇ ਲੈ ਕੇ ਆਉਂਦਾ ਆ, ਅਤੇ 52 ਨੰਬਰ ਉੱਧਰ ਜਾਂਦਾ ਆ, ਇੱਦਾਂ 63 ਨੰਬਰ ਸਾਰੇ ਇੱਦਾਂ ਦਾ ਕਰਕੇ ਇਹਨਾਂ 'ਤੇ ਨੰਬਰ ਲੱਗੇ ਹੋਏ ਆ ਵੀ ਕਿੱਦਾਂ ਇਹ ਲੈ ਕੇ ਜਾਂਦੇ ਆ ਇੱਧਰ ਉੱਧਰ। ਲਓ ਜੀ ਇਹ ਆ ਗਿਆ, ਅਤੇ ਲੋਕ ਉਤਰੂ ਗਏ, ਤੁਸੀਂ ਦੇਖ ਲਿਓ ਇਹਦੇ ਵਿੱਚੋਂ ਵੀ ਲੋਕ ਜਿਹੜੇ ਉਤਰੂ ਗਏ, ਉਹ ਕਿੱਦਾਂ ਸਾਈਕਲਾਂ ਤੋਂ ਨਿਕਲਦੇ ਆ ਬਾਹਰ। ਅਤੇ ਇੱਕ ਨਾ ਉਹ ਹੋਰ ਬਿਲਡਿੰਗ ਆ, ਉਹ ਵਾਲੀ ਬਿਲਡਿੰਗ ਵੀ ਉਹ ਜੇ ਮੈਨੂੰ ਨਹੀਂ ਪਤਾ ਕੈਮਰੇ ਦਿਸਦੀ ਹੋਊਗੀ ਕਿ ਨਹੀਂ, ਉਹ ਬਿਲਡਿੰਗ ਉਹਦੇ ਉੱਪਰ ਪੀਂਘ ਲੱਗੀ ਆ, ਉਹ ਦੇਖੋ ਜਦੋਂ ਝੂਟੇ ਲੈਂਦੇ ਹੋ ਗਏ ਤਾਂ ਉਹਨਾਂ ਦੇ ਪੈਰ ਬਿਲਡਿੰਗ ਤੋਂ ਬਾਹਰ ਜਾਂਦੇ ਹੋਊਗੇ, ਕਿੰਨਾ ਕਿੱਦਾਂ ਦਾ ਫੀਲ ਹੁੰਦਾ ਹੋਊਗਾ ਸਾਡੇ ਵਰਗੇ ਬੰਦੇ ਦਾ, ਤਾਂ ਭਾਈ ਔਖਾ ਉੱਥੇ ਚੜ੍ਹਨਾ। ਇਹ ਦੇਖੋ ਸਾਈਕਲ, ਦੇਖੋ ਲੋਕ ਆਉਂਦੇ ਸਾਈਕਲਾਂ ਦੇ, ਸਕੂਟਰਾਂ ਦੇ, ਨਿੱਕੀਆਂ ਨਿੱਕੀਆਂ ਕਾਰਾਂ ਵੀ ਇਹਦੇ ਵਿੱਚ ਬਾੜੀਆਂ ਹੁੰਦੀਆਂ ਹੈਗੀਆਂ।
ਜੀ ਇਸ ਤਰ੍ਹਾਂ ਪਿੱਛੇ ਪਚਵਾਰੇ ਚੜ ਗਏ ਅਤੇ ਬਿਲਕੁਲ ਫ੍ਰੀ ਆ ਉਹ ਵਾਲੀ ਜਿਹੜੀਆਂ ਪਿੱਛੇ ਫੈਰੀਆਂ ਛੋਟੀਆਂ ਚੱਲਦੀਆਂ ਜੇ ਉਹਦੇ ਵਿੱਚ ਤੁਸੀਂ ਘੁੰਮਣਾ ਹੋਵੇ 15 ਯੂਰੋ ਦੀ ਟਿਕਟ ਆ ਇੱਕ ਘੰਟੇ ਦੀ ਇੱਕ ਘੰਟਾ ਤੁਹਾਨੂੰ ਉਹ 15 ਯੂਰੋ ਦੇ ਵਿੱਚ ਘੁੰਮਾਉਂਦੇ ਆ ਜਾਂ ਫਿਰ ਜਿੱਦਾਂ ਦਾ ਆਹ ਆਉਂਦਾ ਆ ਛੋਟੀ ਜਿਹੀ ਆਹ ਕਿਸ਼ਤੀ ਆਉਂਦੀ ਹੈ ਨਾ ਇੱਦਾਂ ਦੀਆਂ ਕਿਸ਼ਤੀਆਂ ਦੇ ਵਿੱਚ ਇੱਕ ਘੰਟੇ ਦੇ 15 ਯੂਰੋ ਲੱਗਦੇ ਆ ਅਤੇ ਇਹਦੀ ਟਿਕਟ ਉੱਥੋਂ ਮਿਲ ਜਾਂਦੀ ਸਟੇਸ਼ਨ ਦੇ ਕੋਲੋਂ ਹੀ ਅਤੇ ਉੱਥੋਂ ਤੁਸੀਂ ਲੈ ਕੇ 15 ਘੰਟੇ ਜਿਹਦੇ 'ਤੇ ਮਤਲਬ ਘੁੰਮ ਫਿਰ ਸਕਦੇ ਹਾਂ ਸਾਰਾ ਹੀ ਮਤਲਬ ਆ ਮੇਨ ਜਿਹੜਾ ਸਮੁੰਦਰ ਆ ਮਤਲਬ ਜਿਹੜਾ ਸਟੇਸ਼ਨ ਦੇ ਆਲੇ ਦੁਆਲੇ ਜੋ ਕੁਛ ਵੀ ਬਣਿਆ ਮੇਨ ਸਾਰੀ ਜਗ੍ਹਾ ਦਿਖਾਉਂਦੇ ਆ ਲਓ ਦੇਖੋ ਅਤੇ ਮੈਂ ਤਾਂ ਜਾਣਾ ਨਹੀਂ ਸੀਗਾ ਮੈਂ ਪਰਲੇ ਪਾਸੇ ਜਾਣਾ ਨਹੀਂ ਹੈ ਅਤੇ ਮੈਂ ਤੁਹਾਨੂੰ ਦਿਖਾ ਦੂੰਗਾ ਇਸ ਕਰਕੇ ਮੈਂ ਤਾਂ ਇਹਦੇ ਵਿੱਚ ਚੜ੍ਹਨਾ ਨਹੀਂ ਮੈਂ ਤਾਂ ਸੋਚਿਆ ਕਿ ਤਾਂ ਲਈ ਵੀਡੀਓ ਬਣਾਉਂਦੇ ਹਾਂ ਕਿ ਇਹ ਵੀ ਚੀਜ਼ ਇੱਕ ਦਿਖਾਉਣੇ ਵਾਲੀ ਆ ਕਿ ਕਿੱਦਾਂ ਸਰਕਾਰਾਂ ਆਪਣੇ ਲੋਕਾਂ ਨੂੰ ਸਹੂਲਤਾਂ ਦਿੰਦੀਆਂ ਹੈ ਨਾ ਇਹ ਮਾਰਨੀਆਂ ਅਤੇ ਇੱਕ ਚੀਜ਼ ਹੋਰ ਹੈ ਇੱਥੇ ਨਾ ਹਰ ਇੱਕ ਰੋਡ ਦੇ ਉੱਪਰ ਜਿੰਨੀਆਂ ਵੀ ਸੜਕਾਂ ਆ ਜਿੰਨੇ ਵੀ ਰੋਡ ਆ ਹਰੇਕ ਰੋਡ ਦੇ ਉੱਪਰ ਇੱਕ ਪੱਕਾ ਹੀ ਰੋਡ ਬਣਾਇਆ ਹੋਇਆ ਉਹ ਰੈੱਡ ਰੰਗ ਦਾ ਰੈੱਡ ਕਲਰ ਦਾ ਉਹ ਸਾਈਕਲਾਂ ਵਾਲਿਆਂ ਲਈ ਆ ਵੀ ਮਤਲਬ ਜਿੱਥੇ ਮਰਜ਼ੀ ਚਲ ਜਾਓ ਜਿਹੜੇ ਵੀ ਮਰਜ਼ੀ ਰੋਡ 'ਤੇ ਚਲ ਜਾਓ ਤੁਹਾਨੂੰ ਰੈੱਡ ਕਲਰ ਦੀ ਸੜਕ ਜ਼ਰੂਰ ਮਿਲੂਗੀ ਜਿਹੜੀ ਸਾਈਕਲ ਚਲਾਉਣ ਵਾਲਿਆਂ ਲਈ ਆ ਚਾਰ ਮਿੰਟ ਵੇਟ ਕਰੂਗਾ ਲਓ ਜੀ ਇਹਦਾ ਹੋ ਗਿਆ ਅਲਾਰਮ ਬੰਦ ਹੋ ਗਿਆ ਅਤੇ ਇਹ ਹੁਣ ਚੱਲਾ ਫਿਰ ਆਪਣੇ ਦੂਸਰੇ ਟਿਕਾਣੇ ਵੱਲ ਅੱਛਾ ਇਹਦੇ ਵਿੱਚ ਆ ਕੇ ਲੋਕ ਫਸਦਾ ਹੁਣ ਉਹਦਾ ਲੋਕ ਆ ਕੇ ਇਹਦੇ ਵਿੱਚ ਫਸ ਜਾਂਦਾ ਲਓ ਜੀ ਭਰ ਤੋਂ ਨਾ ਜਿਹੜੇ ਭੰਗ ਪੀਣ ਦੇ ਸ਼ੌਕੀਨ ਆ ਉਹ ਬਹੁਤ ਆਉਂਦੇ ਆ ਇੱਥੇ ਕੰਟਰੀ 'ਚ ਇਸ ਕਰਕੇ ਇੱਥੇ ਟੂਰਿਸਟ ਬਹੁਤ ਜ਼ਿਆਦਾ ਆ ਕਿਉਂਕਿ ਇੱਥੇ ਭੰਗ ਲੀਗਲ ਆ ਜਿੱਦਾਂ ਤੁਸੀਂ ਇੱਦਾਂ ਖੜ੍ਹੇ ਹੋ ਕੇ ਕਿਤੇ ਵੀ ਕੋਈ ਭੰਗ ਪੀ ਸਕਦੇ ਆ ਤੁਸੀਂ ਰਾਤ ਨੂੰ ਉੱਧਰ ਡੈਮ ਵੱਲ ਜਾਊਂਗੇ ਜਾਂ ਰਾਤ ਨੂੰ ਤੁਸੀਂ ਕਿਸੇ ਵੱਡਿਆਂ ਹੋਟਲਾਂ ਦੇ ਬਾਹਰ ਦੇਖੋਗੇ ਤਾਂ ਤੁਹਾਨੂੰ ਭੰਗ ਦੀ ਸਮੈਲ ਆਵੀਂ ਹੋਈ ਜਾਣੀ ਆ ਨਾ ਕਿ ਭੰਗ ਦੀ ਸਮੈਲ ਆਵੀਂ ਤੁਹਾਨੂੰ ਮਿਲੂਗੀ ਅਤੇ ਇਹ ਦੇਖੋ ਤੁਹਾਨੂੰ ਆਹ ਵੀ ਚੀਜ਼ ਦਿਖਾਉਣਾ ਉਹ ਰੈੱਡ ਕਲਰ ਦਾ ਰੋਡ ਜਿਹੜਾ ਬਣਿਆ ਹੋਇਆ ਸਾਰਿਆਂ ਲਈ ਸਾਈਕਲ ਵਾਲਿਆਂ ਲਈ ਉੱਥੇ ਤਾਂ ਲੋਕ ਤਾਂ ਹੀ ਯਾਰ ਇੰਨੇ ਫਿੱਟ ਆ ਸਾਡੇ ਵਰਗਿਆਂ ਨੇ ਭਾਰ ਵਧਾਏ ਹੋਏ ਆ ਜਿੱਥੇ ਕਿਤੇ ਵੀ ਜਾਣਾ ਗੱਡੀ 'ਚ ਉਹ ਰੈੱਡ ਕਲਰ ਦਾ ਜੇ ਤੁਹਾਨੂੰ ਇਹ ਸਾਈਕਲ ਵਾਲਿਆਂ ਲਈ ਇੱਧਰ ਤੁਰ ਕੇ ਆਉਣ ਵਾਲਿਆਂ ਲਈ ਅਤੇ ਉਹ ਗੱਬੇ ਰੈੱਡ ਵਾਲਿਆਂ ਲਈ ਅਤੇ ਇੱਧਰ ਉਹ ਘਰ ਵਾਲਿਆਂ ਲਈ ਇਹ ਤੁਹਾਨੂੰ ਇਹ ਸੜਕ ਹਰੇਕ ਹੀ ਰੋਡ 'ਤੇ ਮਿਲਣੀ ਆ ਅਤੇ ਦੇਖੋ ਇਹ ਸ਼ਿਪ ਉੱਧਰ ਚਲਾ ਗਿਆ ਲੋਕਾਂ ਨੂੰ ਲੈ ਕੇ ਅਤੇ ਇੱਧਰ ਫਿਰ ਸਾਰੇ ਜਣੇ ਇਕੱਠੇ ਹੋਣੇ ਸਟਾਰਟ ਹੋ ਗਏ ਆ ਵੇਟ ਕਰਦੇ ਪਏ ਉੱਧਰੋਂ ਕਦੋਂ ਸ਼ਿਪ ਆਵੇ ਦੁਬਾਰਾ ਫਿਰ ਸ਼ਿਪ ਆਊਗਾ ਇਹਨਾਂ ਨੂੰ ਫਿਰ ਇੱਥੇ ਲੈ ਜਾਊਗਾ ਸਾਰਾ ਦਿਨ 24 ਘੰਟੇ ਫ੍ਰੀ ਦੇ ਵਿੱਚ ਸ਼ਿਪ ਚੱਲਦਾ ਰਹਿੰਦਾ ਇੱਧਰ ਉੱਧਰ